जी नाजरी तुसीं देख रहे हो यूके सुपर स्पोर्ट ते मैं अफजाल कैनी ते असीं मौजूद हाँ यूके दे शहर वुलहम्पटन दे विच जिथे अज संदीप लंगनमिया दे नाल टूरनामेंट हो रहा। अज यूके कबड्डी दा टूरनामेंट सीजन दा आखिरी टूरनामेंट हो रहा। साडे नाल मौजूद है रुपिंदर भाजी। भाजी दे तल्लक चढ़दे पंजाब दे नाल ते असीं नाल गलबात करांगे कि यूके दा सीजन किस तरह जा रहा। भाजी तुहाडा यूके सीजन किस तरह जा रहा? यूके दा सीजन बहुत वधिया जा रहा है। वधिया जा रहा आपां दी पहली मुलाकात होई सी साउथ हाल दे विच, अज इत्थे होई ते अज जिहड़ा पहला मैच खेडे तुहाडी किहदी परफॉर्मेंस रही? पहले मैच वधिया रही। वधिया रही फिर मैं ते पंजाब दे भाजी दे तल्लक किहड़े इलाके दे नाल आ? किद्दां ही पंजाब किहड़े इलाके दे तल्लक आ भाजी दा? मेरा श्री मुक्तसर साहिब साहिब। ठीक है साहिब। ते किन्ना चिर हो गया प्रोफेशनल कबड्डी खेडदे हो? कबड्डी मैं 8 च शुरू कर दित्ती सीगी जी। 8 शुरू कर दित्ती। इंडिया दे 30-40 लाख रुपया बना लेंदा जे सही करे, सही प्रोफेशनल प्लेयर होवे 30-40 लाख बन जांदा। हां 20-25 लाख रुपया बना लेंदा। 20-25 लाख बन जांदा। जे दसो कि जदों तुसीं प्रोफेशनल कबड्डी खेडदे हो ते जदों तुसीं ओवरसीज कंट्रियां दा टूर करदे तुहानूं किन्नी मेहनत करनी पैंदी? मेहनत सानूं इत्थे आउण लई एक्स्ट्रा करनी पैंदी है। इत्थे फिर सानूं पता इंडिया आ जांदा कबड्डी जां कनेडा आंदा। ਠੀਕ ਹੈ। ਅਤੇ ਮਿਹਨਤ ਤਾਂ ਸਾਨੂੰ ਐਕਸਟਰਾ ਕਰਨੀ ਪੈਂਦੀ ਹੈ ਜੀ। ਅਤੇ ਤੁਹਾਨੂੰ ਯੂਕੇ ਦੇ ਲੋਕ ਕਿੱਦਾਂ ਲੱਗੇ? ਲੋਕ ਬਹੁਤ ਵਧੀਆ ਪਿਆਰ ਦਿੰਦੇ ਆ ਜੀ। ਵਧੀਆ ਦਿੰਦੇ। ਠੀਕ ਹੈ ਭਾਜੀ। ਜਿਹੜੇ ਯੂਕੇ ਦੇ ਵਿੱਚ ਡੋਪ ਟੈਸਟ ਹੁੰਦੇ, ਤੁਹਾਡਾ ਟੈਸਟ ਕਿੱਦਾਂ ਦੇ ਰਹੇ? ਹਾਂਜੀ ਟੈਸਟ ਮੇਰਾ ਪਹਿਲੇ ਜਦੋਂ ਮੈਚ ਖੇਡਿਆ ਉਦੋਂ ਹੀ ਮੇਰਾ ਟੈਸਟ ਲੈ ਲਿਆ। ਟੈਸਟ ਮੈਂ ਕਲੀਅਰ ਕਰਤਾ ਜੀ। ਅੱਛਾ ਕਰਤਾ। ਰਿਪੋਰਟ ਮੇਰੇ ਕੋਲ ਆ ਗਈ ਆ, ਉਹ ਮੈਂ ਕਲੀਅਰ ਕਰ ਦਿੱਤੀ। ਅਤੇ ਤੁਸੀਂ ਹੁਣ ਯੂਕੇ ਦਾ ਜਿਹੜਾ ਅੱਜ ਆਖਰੀ ਕੱਪ ਖੇਡ ਰਹੇ, ਇਸ ਤੋਂ ਬਾਅਦ ਤੁਸੀਂ ਕਿੱਥੇ ਕਿੱਦਾਂ ਜਾਣਾ ਜਾਂ ਮੁੜ ਕੇ ਵਾਪਸ ਜਾਣਾ ਪੰਜਾਬ? ਆਸਟ੍ਰੇਲੀਆ ਦੀ ਟਰਾਈ ਆ ਜੀ। ਆਸਟ੍ਰੇਲੀਆ ਲੱਗਦਾ ਤਾਂ ਹਾਂਜੀ ਭਾਜੀ। ਤੇ ਆਸਟ੍ਰੇਲੀਆ ਇਸ ਤੋਂ ਪਹਿਲਾਂ ਤੁਸੀਂ ਗਏ ਜਾਂ ਫਸਟ ਟਾਈਮ ਜਾਓਗੇ? ਫਸਟ ਟਾਈਮ ਹੀ ਆਸਟ੍ਰੇਲੀਆ ਜੀ। ਠੀਕ ਹੈ। ਤੇ ਜਿਹੜਾ ਮਤਲਬ ਜਿੱਦਾਂ ਤੁਹਾਡੇ ਬੇਲੀ ਬੁਲੀ ਜਾਂਦੇ ਹੋਣਗੇ, ਕੀ ਕਹਿੰਦੇ ਆਸਟ੍ਰੇਲੀਆ ਦੇ ਲੋਕ ਕਿੱਦਾਂ ਦੇ ਆ? ਲੋਕ ਵਧੀਆ ਹੀ ਆ, ਸਾਰੇ ਪਾਸੇ ਆਪਣੇ ਪੰਜਾਬੀ ਭਰਾ ਪੰਜਾਬੀ ਭਰਾ ਹੀ ਠੀਕ ਹੈ। ਅਤੇ ਜਿਹੜੇ ਅੱਜ ਤੁਸੀਂ ਇੱਥੇ ਖੇਡ ਰਹੇ ਹੋ ਬਰਮਿੰਗਮ ਦੇ ਵਿੱਚ, ਸੰਦੀਪ ਤੁਸੀਂ ਫੋਟੋ ਵੀ ਪਾਈ, ਸੰਦੀਪ ਭਾਜੀ ਦੀ ਤੁਹਾਡੇ ਨਾਲ ਕਿਸ ਤਰ੍ਹਾਂ ਦੀ ਯਾਦਾਂ ਆਈਆਂ? ਜਾਦਾ ਸਾਡਾ ਬਹੁਤ ਸੀਨੀਅਰ ਆ ਬਾਈ, ਅਸੀਂ ਇੰਨਾ ਤਾਂ ਨਹੀਂ ਵਿਚਰੇ ਹੈ ਨਾ ਬਾਈ ਨੂੰ, ਅਸੀਂ ਗਰਾਊਂਡ 'ਚ ਮਿਲਦੇ ਰਹੇ ਹਾਂ। ਬਹੁਤ ਵਧੀਆ ਨੇਚਰ ਸੀਗਾ, ਬਹੁਤ ਵਧੀਆ ਉਹਨਾਂ ਦਾ ਸੁਭਾਅ ਸੀਗਾ। ਇੱਕ ਕਬੱਡੀ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਕਬੱਡੀ ਦਾ। ਹਾਂਜੀ ਹਾਂਜੀ। ਅਤੇ ਆਪਣਾ ਰੁਪਿੰਦਰ ਦਾ ਕਿਹੜਾ ਫੇਵਰੇਟ ਕੈਚਰ ਦਾ ਜਾਂ ਲੈਂਦਾ ਪੰਜਾਬ ਦੇ ਵਿੱਚ, ਕਿਹੜਾ ਤੁਹਾਡਾ ਰੇਡਰ ਫੇਵਰੇਟ ਆ? ਮੇਰਾ ਫੇਵਰੇਟ ਹੈਗਾ ਜੀ ਬਾਈ ਸੁਲਤਾਨ ਅਤੇ ਦੁੱਲਾ ਦੁੱਲਾ, ਅਤੇ ਜਾਫੀਆਂ 'ਚ ਹੈਗਾ ਬਾਈ ਸੀਰਾ ਪਿੱਥੋ ਵਾਲਾ। ਠੀਕ ਹੈ। ਹਾਂਜੀ। ਅਤੇ ਪਾਕਿਸਤਾਨ ਦਾ ਕਿਹੜਾ ਤੁਹਾਡਾ ਫੇਵਰੇਟ ਆ? ਪਾਕਿਸਤਾਨ ਦੇ ਜੀ ਜਾਂ ਮੈਨੂੰ ਚਸਤੀ ਵਧੀਆ ਲੱਗਦਾ ਜੀ। ਠੀਕ ਹੈ। ਜਾਂ ਜਿਹੜਾ ਵੱਡਾ ਜੰਜੂਆ ਸੀਗਾ ਜੀ ਜਾਫੀ, ਅਮਾਦ ਜੰਜੂਆ। ਹਾਂਜੀ ਮਿਸ਼ਰਾ ਜੀ ਭਾਈ। ਠੀਕ ਹੈ। ਅਤੇ ਤੁਹਾਨੂੰ ਕੀ ਲੱਗਾ ਯੂਕੇ ਦੇ ਵਿੱਚ ਜਿਹੜੇ ਪਾਕਿਸਤਾਨੀ ਮੁੰਡੇ ਖੇਡਣਾ ਜਾਂ ਤੁਹਾਡੇ ਪੰਜਾਬ ਤੋਂ, ਕਿਹੜਾ ਮੁੰਡਾ ਲੱਗਦਾ ਕਿ ਤੁਹਾਡਾ ਫਿਊਚਰ ਦਾ ਉਸ ਤਰ੍ਹਾਂ ਦਾ ਸਟਾਰ ਬਣ ਸਕਦਾ ਜਿਸ ਤਰ੍ਹਾਂ ਦਾ ਸੁਲਤਾਨ ਦਾ ਤੁਸੀਂ ਨਿਆਲ ਲਿਆ, ਪਾਕਿਸਤਾਨ ਦਾ ਮਾਦ ਦਾ ਲਿਆ ਅਤੇ ਦੂਜੇ ਭਾਜੀ ਦਾ ਲਿਆ, ਉਹਦਾ ਤੁਹਾਨੂੰ ਕੋਈ ਇੱਦਾਂ ਦਾ ਮੁੰਡਾ ਯੂਕੇ 'ਚ ਨਜ਼ਰ ਆਇਆ? ਪਲੇਅਰ ਹੈਗਾ ਜੀ, ਬਾਕੀ ਆਪਦੀ ਮਿਹਨਤ 'ਤੇ ਆ ਜੀ, ਹੈਗਾ ਕੁਛ ਕੁ ਪਲੇਅਰ ਜਿਹੜੇ ਗਾਂਹ ਵੱਧ ਸਕਦੇ ਆ ਜੀ, ਬਾਕੀ ਆਪਦੀ ਮਿਹਨਤ 'ਤੇ ਆ, ਜਿੰਨੀ ਮਿਹਨਤ ਕਰੀ ਜਾਣਗੇ ਉਨੀ ਤਰੱਕੀ। ਭਾਜੀ ਤੁਸੀਂ ਜਦੋਂ ਇੰਡੀਆ ਹੁੰਦੇ ਹੋ ਤਾਂ ਕਿੰਨੀ ਮਿਹਨਤ ਕਰਦੇ ਹੋ ਜਿੱਦਾਂ ਕੋਈ ਵੱਡਾ ਟੂਰਨਾਮੈਂਟ ਖੇਡਣ ਲਈ? ਹਾਂਜੀ ਹਾਂਜੀ। ਕਿੰਨੀ ਮਿਹਨਤ ਕਰਨੀ ਪੈਂਦੀ ਉਸ ਸੀਜ਼ਨ ਦੇ ਵਿੱਚ? ਮਿਹਨਤ ਜਦੋਂ ਆਫ ਹੋਇਆ ਜਾਂਦਾ ਜੀ ਗਰਮੀਆਂ 'ਚ, ਮਿਹਨਤ ਕਰਦੇ ਹਾਂ ਸੁਬਾਹ ਸ਼ਾਮ ਦੋਵੇਂ ਟਾਈਮ ਮਿਹਨਤ ਕਰੀ। ਠੀਕ ਹੈ ਭਾਜੀ। ਜਿੱਦਾਂ ਇੱਕ ਪ੍ਰੋਫੈਸ਼ਨਲ ਪਲੇਅਰ ਆ, ਜਿੱਦਾਂ ਮਿਹਨਤ ਤੁਸੀਂ ਕਰਦੇ ਤਾਂ ਤੁਹਾਡੀ ਰੋਜ਼ ਜਿਹੜੀ ਖੁਰਾਕ ਹੁੰਦੀ ਉਹ ਕੀ ਹੁੰਦੀ? ਨੋਰਮਲ ਖੁਰਾਕ ਬਸ ਦੇਸੀ ਖੁਰਾਕ ਹੁੰਦੀ ਹੈ ਜੀ, ਦੁੱਧ ਦਹੀਂ ਲੱਸੀ, ਜਿੱਦਾਂ ਬਦਾਮਾਂ ਦਾ ਰਗੜਾ ਹੋ ਗਿਆ ਜੀ, ਛੋਲੇ ਹੋ ਗਏ, ਇਹ ਰੂਟੀਨ ਦੇ ਵਿੱਚ ਸਭ ਕੁਝ ਚੱਲਦਾ ਜੀ, ਸਭ ਕੁਝ ਚੱਲਦਾ। ਹਾਂਜੀ। ਠੀਕ ਹੈ। ਜੇ ਤੁਸੀਂ ਐਕਸਰਸਾਈਜ਼ ਕਰਕੇ ਆਉਂਦੇ ਤਾਂ ਫਿਰ ਆਪਣੀ ਖੁਰਾਕ ਦਾ ਖਿਆਲ ਕਰਨਾ ਪੈਂਦਾ? ਹਾਂਜੀ ਹਾਂਜੀ, ਖੁਰਾਕ ਕਰਨਾ ਪੈਂਦਾ। ਅਤੇ ਭਾਜੀ ਜਿਹੜੇ ਤੁਹਾਡੇ ਯੂਕੇ ਦੇ ਸਪੈਸ਼ਲੀ ਫੈਨਸ ਹੈ ਪਾਕਿਸਤਾਨ ਦੇ ਵਿੱਚ, ਤੁਹਾਨੂੰ ਲੋਕ ਬਹੁਤ ਲਵ ਕਰਦੇ, ਉਹਨਾਂ ਲਈ ਕੀ ਮੈਸੇਜ ਆ? ਉਹਨਾਂ ਲਈ ਬਸ ਇੱਦਾਂ ਇੱਦਾਂ ਹੀ ਪਿਆਰ ਕਰਦੇ ਰਹੋ ਅਤੇ ਆਪਾਂ ਇੱਦਾਂ ਹੀ ਖੇਡਦੇ ਰਹੀਏ, ਹੈ ਨਾ। ਰੁਪਿੰਦਰ ਭਾਜੀ ਲਵ ਯੂ ਤੁਹਾਡਾ, ਬੈਸਟ ਆਫ ਲੱਕ ਤੁਹਾਨੂੰ, ਮਜ਼ੀਦ ਅੱਲਾਹ ਹਾਫਿਜ਼ ਕਾਮਯਾਬੀਆਂ ਦੇਵੇ। ਥੈਂਕ ਯੂ।